ਜਾਣਕਾਰੀ ਕੀ ਇਹ ਮਾਮਲੇ ਸੀਗੇ ਜੋ ਥਾਣਾ PAU ਦੀ ਪੁਲਿਸ ਨੇ SHO ਸਾਹਿਬ ਨੇ ਅਤੇ ਸੁਨੀਲ ਵਰਮਾ ਸਾਡੇ ACP ਵੈਸਟ ਇਹਨਾਂ ਦੀ ਰਹਿਨਮਾਈ ਹੇਠ ਇੱਕ ਜਿਹੜੇ ਹੈਗੇ 3 ਸਨੈਚਰਾਂ ਨੂੰ ਅਸੀਂ ਕਾਬੂ ਕੀਤਾ ਜਿਨ੍ਹਾਂ ਨੇ ਸੁਰਜੀਤ ਸਿੰਘ, ਸ਼ਿਵਮ ਅਤੇ ਇੱਕ ਮਨੀਸ਼ ਕੁਮਾਰ, ਇਹ ਜਿਹੜੇ ਸਨੈਚਰ ਆ ਪਹਿਲਾਂ ਦੋ ਕੁ ਜਿਹੜੇ ਹੈਗੇ ਸੁਨੀਲ ਆਪਣਾ ਸੁਰਜੀਤ ਔਰ ਸ਼ਿਵਮ ਇਹਨਾਂ ਦੇ 4 ਮੁਕੱਦਮੇ ਪਹਿਲਾਂ ਵੀ ਦਰਜ ਆ, ਕੋਅਕਿਊਜ਼ ਨੇ ਡਿਵੀਜ਼ਨ ਨੰਬਰ 4-1 ਇਹਨਾਂ 'ਤੇ ਪਹਿਲਾਂ ਦਰਜ ਨੇ ਪਰਚੇ, ਇਹਨਾਂ ਦੇ ਕੋਲੋਂ ਅਸੀਂ 12 ਮੋਬਾਈਲ ਫੋਨ ਰਿਕਵਰ ਕੀਤੇ ਆ ਅਤੇ ਪੁੱਛਗਿੱਛ ਜਾਰੀ ਆ, ਅੱਜ ਇਹਨਾਂ ਨੂੰ ਅਸੀਂ ਜਿਹੜਾ ਹੈਗਾ ਪੇਸ਼ ਕਰਕੇ ਰਿਮਾਂਡ ਲਵਾਂਗੇ। ਕਿੰਨੀ ਦੇਰ ਤੋਂ ਕੰਮ ਕਰਦੇ ਸੀ ਇਹਨਾਂ 'ਤੇ? 4 ਮੁਕੱਦਮੇ ਪਹਿਲਾਂ ਵੀ ਦਰਜ ਆ ਮੇਰੇ ਖਿਆਲ, ਕਰਦੇ ਹੀ ਸਨੈਚਿੰਗ ਆ ਕਿ ਯੂਜ਼ 2 ਨੇ ਆਉਂਦੇ ਆ ਵਾਪਸ ਆ ਕੇ ਜੇਲ੍ਹ 'ਚੋਂ ਜਦੋਂ ਬੇਲ 'ਤੇ ਆਉਂਦੇ ਆ ਇਹ ਫਿਰ ਉਹੀ ਵਾਰਦਾਤਾਂ ਕਰਦੇ ਆ ਮੋਬਾਈਲ ਇਹਨਾਂ ਦੇ। ਹੋਰ ਵੀ ਕੋਈ ਸਾਥੀ ਹੈਗੇ? ਪੁੱਛਗਿੱਛ ਕਰਾਂਗੇ। ਵੈਸੇ ਕੋਅਕਿਊਜ਼ ਨੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ 4-4 ਮੁਕੱਦਮੇ ਦੋਨਾਂ 'ਤੇ ਸੇਮ ਥਾਣਿਆਂ ਦੇ ਵਿੱਚ ਦਰਜ ਹੈਗੇ। ਦੂਸਰਾ ਮੁਕੱਦਮਾ ਵੀ ਥਾਣਾ PAU ਦਾ ਜੀ, ਇਹਦੇ 'ਚ ਸਾਡੇ ਇੱਕ ਜਿਹੜਾ ਕਿਸਾਨ ਮੇਲਾ PAU 'ਚ ਲੱਗਦਾ ਉਹਦੇ ਵਿੱਚੋਂ ਸਾਡੇ ਹਰ ਸਾਲ ਪਿਛਲੇ 1.5 ਸਾਲ 3 ਕਾਰਾਂ ਚੋਰੀ ਹੋ ਗਈਆਂ। ਜ਼ੈਨ ਕਾਰ ਚੋਰੀ ਹੋ ਰਹੀ ਸੀ, ਉਹਦੇ ਵਿੱਚ ਸਤਿਗੁਰੂ ਨਾਮ ਦੇ ਲੜਕੇ ਨੂੰ ਅਸੀਂ ਗ੍ਰਿਫਤਾਰ ਕੀਤਾ ਜਿਹੜਾ ਲਹਿਰਾ ਗਾਗਾ ਸੰਗਰੂਰ ਦਾ ਰਹਿਣ ਵਾਲਾ ਜੀ। ਇਹ ਕਿਸਾਨ ਮੇਲੇ 'ਤੇ ਆਉਂਦਾ ਸੀ ਆਪਦੇ ਸਾਥੀਆਂ ਨਾਲ ਗੱਡੀ 'ਚ, ਉਹਨਾਂ ਤੋਂ ਆ ਕੇ ਮੇਲੇ 'ਚ ਅਲੱਗ ਹੋ ਜਾਂਦਾ ਸੀ। ਅਲੱਗ ਹੋਣ ਤੋਂ ਬਾਅਦ ਆਪਦੀ ਜ਼ੈਨ ਕਾਰ ਆਇਡੈਂਟੀਫਾਈ ਕਰਕੇ ਉਹ ਜ਼ੈਨ ਕਾਰ ਹੀ ਲੈ ਜਾਂਦਾ ਸੀ, ਲੈ ਕੇ ਜਾ ਕੇ ਹਰਿਆਣਾ ਨੰਬਰ ਲਗਾ ਕੇ ਉਹਦੇ 'ਤੇ ਗੱਡੀਆਂ ਅੱਗੇ ਵੇਚ ਦਿੰਦਾ ਸੀ। ਜਿਹਦੇ ਤੋਂ ਅਸੀਂ ਤਿੰਨੋਂ ਕਾਰਾਂ ਰਿਕਵਰ ਕਰ ਲਈਆਂ ਅਤੇ ਅੱਜ ਦਾ ਰਿਮਾਂਡ 'ਚ ਇਹਨੂੰ ਸਾਡੇ ਕੋਲ ਰਿਮਾਂਡ 'ਚ ਹੈਗਾ, ਇਹਨੂੰ ਪੇਸ਼ ਕਰਕੇ ਹੋਰ ਪੁੱਛਗਿੱਛ ਜਿਹੜੀ ਆ ਉਹ ਫਿਰ ਕਰਾਂਗੇ। ਨਹੀਂ ਜੀ, ਤਿੰਨ ਹੀ ਆ ਹਜੇ ਫਿਲਹਾਲ, 3 ਹੀ ਆ, ਬਾਕੀ ਪੁੱਛਗਿੱਛ ਕਰਾਂਗੇ ਇਹਨੂੰ ਬਾਈਕ 'ਤੇ ਪੁੱਛ ਕਰਾਂਗੇ।